हाँ जी, सत श्री अकाल जी सारे वीरां नूं। अपने चैनल यूट्यूब फार्मर ते तुहाडा स्वागत है। ते अज 23 ते 24 तरीक मौसम दी गल करांगे। एक हल्का पछमी सिस्टम पंजाब दे सरहदी इलाकियां कोल बन गया है, जो कि पछमी साइड उपर इस समय कार्रवाई कर रहा है, अपनी बदली कार्रवाइयां। पर इस विच कोई ज़्यादा मीह नहीं है, ये एका दुका थावां ते हल्के छिट्टेदार कणियां की वर्खा कर सकता है, पर कोई ज़्यादा तकड़ा मीह की संभावना नहीं है। पर अज 23 मार्च को दोपहर तो बाद तकरीबन पंजाब के सारे ही इलाकों उत्ते एक बदलबाई छा जाएगी, जिस नाल पछमी हवावां तेज चलणगियां। ये बदलबाई मेन तौर पर पूर्वी ਅਤੇ ਉੱਤਰੀ ਜ਼ਿਲ੍ਹਿਆਂ ਉੱਤੇ ਜ਼ਿਆਦਾ ਹੋਵੇਗੀ, ਜਿਹੜੇ ਕਿ ਪਹਾੜੀ ਸਰਹੱਦੀ ਇਲਾਕੇ ਹਨ ਅਤੇ ਪਹਾੜੀ ਏਰੀਏ ਵੱਲ ਆਪਣੇ ਜ਼ਿਲ੍ਹੇ ਪੈਂਦੇ ਹਨ, ਜਿਵੇਂ ਜਲੰਧਰ, ਗੁਰਦਾਸਪੁਰ, ਇਸ ਤੋਂ ਬਾਅਦ ਆਪਣੇ ਰਾਹੋਂ ਏਰੀਆ, ਮਾਛੀਵਾੜਾ ਸਾਹਿਬ, ਇੱਧਰ ਆਪਣੇ ਖੈੜ, ਮੋਹਾਲੀ, ਚੰਡੀਗੜ੍ਹ, ਫਤਿਹਗੜ੍ਹ ਸਾਹਿਬ ਅਤੇ ਇਹਨਾਂ ਇਲਾਕਿਆਂ ਉੱਤੇ ਅਤੇ ਨਾਲ ਲੱਗਦੇ ਪਟਿਆਲੇ ਦੇ ਇਲਾਕੇ, ਇਹਨਾਂ ਵਿੱਚ ਬੱਦਲਬਾਈ ਹੋਣ ਦੀ ਸੰਭਾਵਨਾ ਹੈ ਅਤੇ ਟੁੱਟਵੀਂ ਬੱਦਲਬਾਈ ਤਕਰੀਬਨ ਸਾਰੇ ਪੰਜਾਬ ਵਿੱਚ ਰਹੇਗੀ। ਅਤੇ ਅੱਜ ਅਤੇ ਕੱਲ੍ਹ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ, ਜੋ ਕਿ 15 ਤੋਂ ਲੈ ਕੇ 30 ਕਿਲੋਮੀਟਰ ਤੱਕ ਹੋਣਗੀਆਂ। ਸੋ ਹਵਾ ਦੇ ਇਸ ਰੁੱਖ ਨੂੰ ਨਜ਼ਰ ਰੱਖਦੇ ਹੋਏ ਕਣਕਾਂ ਨੂੰ ਪਾਣੀ ਲਾਉਣ ਤੋਂ ਥੋੜ੍ਹਾ ਜਿਹਾ ਗੁਰੇਜ਼ ਕਰੋ 1-2 ਦਿਨ ਲਈ। ਇਹ ਪੱਛਮੀ ਸਿਸਟਮ ਹਲਕਾ ਹੀ ਹੈ, ਤਕਰੀਬਨ ਇਹ ਪੰਜਾਬ ਉੱਤੇ ਅੱਜ ਸ਼ਾਮ ਨੂੰ ਕਈ ਇੱਕਾ ਦੁੱਕਾ ਥਾਵਾਂ 'ਤੇ ਕੋਈ ਕਣੀ ਕੰਬਣੀ ਕਰ ਸਕਦਾ ਹੈ ਅਤੇ ਉਸ ਤੋਂ ਬਾਅਦ ਇਹ ਕੱਲ੍ਹ ਤੋਂ ਮੌਸਮ ਸਾਫ਼ ਹੋਣਾ ਸ਼ੁਰੂ ਹੋ ਜਾਵੇਗਾ ਅਤੇ ਕੱਲ੍ਹ ਸ਼ਾਮ 24 ਤਰੀਕ ਸ਼ਾਮ ਨੂੰ ਤਕਰੀਬਨ ਮੌਸਮ ਸਾਫ਼ ਰਹੇਗਾ। ਸੋ ਇਹ ਸੀ ਸੰਖੇਪ ਵਿੱਚ ਇੱਕ ਛੋਟੀ ਜਿਹੀ ਜਾਣਕਾਰੀ।